ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਵੀਰੋ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 07876196625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਸੇਲ ਵਾਸਤੇ ਹੈ ਉਹਦੀ ਐਡ ਆਪਣੇ ਚੈਨਲ ਟਰੈਕਟਰਜ਼ ਆਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਸਕਰੀਨ ਦੇ ਉੱਪਰ ਸ਼ੋਅ ਰਹਾ ਨੰਬਰ 787619625 ਇਹਦੇ 5 ਤੋਂ 6 ਫੋਟੋਆਂ ਤੇ ਜਾਣਕਾਰੀ ਭੇਜ ਕੇ ਬਿਲਕੁਲ ਫ੍ਰੀ ਚ ਐਡ ਕਰਵਾ ਸਕਦੇ ਹੋ ਰੇਟ ਸਹੀ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਹਰੇਕ ਸੱਜ ਦੀਆਂ 5-6 ਫੁੱਟਾਂ ਸਾਰੀਆਂ ਸਾਈਡਾਂ ਤੋਂ ਇਹ ਜਾਣਕਾਰੀ ਲਾਜ਼ਮੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਨ ਲੀਗ 750 ਡੀਏ ਟਰੈਕਟਰ ਸੇਲ ਵਾਸਤੇ ਹੈ 2006 ਮਾਡਲ 2006 ਮਾਡਲ ਹੈ ਸੈਕੰਡ ਓਨਰ ਦੇ ਨਾਮ ਹੈ ਨਵੀਂ ਬੈਟਰੀ ਹੈ ਬਿਲਕੁਲ 2.5 ਸਾਲਾਂ ਦੀ ਗਾਰੰਟੀ ਹੈ 2.5 ਸਾਲਾਂ ਦੀ ਗਾਰੰਟੀ ਹੈ ਨਵੀਂ ਬੈਟਰੀ ਹੈ ਜੀ ਬਿਲਕੁਲ ਕੰਡੀਸ਼ਨ ਬਿਲਕੁਲ ਓਕੇ ਹੈ ਟਾਇਰ 85% ਨੇ 85% ਟਾਇਰਾਂ ਦੀ ਕੰਡੀਸ਼ਨ ਹੈ। ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ। ਕੰਡੀਸ਼ਨ ਬਾਕੀ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ। ਲੋਪੋ ਪਿੰਡ ਹੈ ਵੀਰਾਂ ਦਾ। ਜ਼ਿਲ੍ਹਾ ਮੋਗਾ ਲੱਗਦਾ ਵੀਰਾਂ ਨੂੰ। ਸਾਈਡ ਗੀਅਰ ਦੇ ਵਿੱਚ ਟਰੈਕਟਰ ਹੈ ਜੀ। ਕੰਡੀਸ਼ਨ ਵਗੈਰਾ ਸਾਰੀ ਸਾਫ਼ ਸੁਥਰੀ ਹੈ। ਡਿਮਾਂਡ ਵੀਰਾਂ ਵੱਲੋਂ ਟਰੈਕਟਰ ਦੀ ਰੱਖੀ ਗਈ ਹੈ 3,80000 ਰੁਪਿਆ 3,80000 ਰੁਪਿਆ ਡਿਮਾਂਡ ਹੈ ਬਾਕੀ ਵੀਰ ਮੌਕੇ ਦੇ ਘੱਟ ਕਰ ਲੈਣਗੇ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ 98552 98285 98552 98285 ਇਹ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਅੱਗੇ ਵੀਰੋ ਗੱਲ ਕਰਦੇ ਆ ਅਰਜਨ ਨੋਵੋ ਟਰੈਕਟਰ ਸਿਲਵਸਥ ਹੈ ਜੀ ਅਰਜਨ ਨਵੋ 655 ਟਰੈਕਟਰ ਸੇਲ ਵਾਸਤੇ ਹੈ 2017 ਮਾਡਲ ਡੀ ਆਈ ਆਈ 2017 ਮਾਡਲ ਟਰੈਕਟਰ ਹੈ 80% ਨੇ ਚਾਰੋ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਨਾਲ ਦੇ ਟਾਇਰ ਨੇ ਜੋ ਕੰਪਨੀ ਵੱਲੋਂ ਆਏ ਨੇ ਪੰਜਾਬ ਨੰਬਰ ਟਰੈਕਟਰ ਹੈ ਪਾਵਰ ਸ਼ੇਅਰਿੰਗ ਹੈ ਫਾਈਬਰ ਛਤਰੀ ਹੈ 3 ਸਪੀਡ ਹੈ 1300 ਘੰਟੇ ਟਰੈਕਟਰ ਜੈਨੂਨ ਚੱਲਿਆ ਹੋਇਆ ਹੈ 1300 ਘੰਟੇ ਟਰੈਕਟਰ ਜੈਨੂਨ ਚੱਲਿਆ ਹੋਇਆ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਕੰਡੀਸ਼ਨ ਵਗੈਰਾ ਬਾਕੀ ਪਾਇਦਾਣ ਵਗੈਰਾ ਜਿਹੜਾ ਫੋਟੋ ਮਸਕਰੀਨ ਤੇ ਸ਼ੋਹਰਿਆ ਨੇ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਹਾਲਤ ਵਗੈਰਾ ਬਿਲਕੁਲ ਸਾਫ਼ ਸੁਥਰੀ ਹੈ 1300 ਘੰਟੇ ਡੈਕਟਰ ਟੋਟਲੀ ਸਾਰਾ ਚੱਲਿਆ ਹੋਇਆ ਹੈ ਡਿਮਾਂਡ ਅਵੇਲੇਬਲ ਨੂੰ 620000 ਰੁਪਏ ਰੱਖੀ ਗਈ ਹੈ 620000 ਰੁਪਏ ਡਿਮਾਂਡ ਹੈ ਮੋਗਾ ਏਰੀਆ ਮੋਬਾਈਲ ਨੰਬਰ ਸਕਰੀਨ ਤੇ ਸ਼ੋਹਰ ਹੈ 9814431397 ਜੋ ਵੀਰਾਂ ਨੇ ਹਾਲ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਸਾਰੀ ਵੀਰ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਕੀ ਬਾਤਵਾਦ ਵੀਰ ਆਪਣੇ ਚੈਨ ਡਾਇਰੈਕਟਰੀ ਆਪ ਦੇ ਨਾਲ ਜੁੜ ਸਕਣ ਨਵੇਂ ਜਿਹੇ ਤੁਹਾਡੇ ਲਈ ਲੈ ਕੇ ਆ ਸਕੀਏ ਜੋ ਵੀ ਵੀਰੇ ਸਾਧਨ ਚ ਕੋਈ ਸਾਧਨ ਖਰੀਦਣਾ ਚਾਹੁੰਦਾ ਆਪਣੀ ਐਡ ਦੇ ਜਰੀਏ ਸਾਰੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਚੈਨ ਦੇ ਨਾਲ ਜੁੜੇ ਨਵੇਂ ਪੁਰਾਣੇ ਸਾਰੀ ਵੀ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੁਲਟਾ ਜੀ ਸੇਲ ਵਾਸਤੇ 2012 ਮਾਡਲ 2012 ਮਾਡਲ ਬੁਲਟਾ ਜੀ ਫੁੱਟਵਾ ਸਕਰੀਨ ਤੇ ਸ਼ੋਅ ਹੋ ਰਿਹਾ ਬੁਲਟ ਦੀ ਚਾਰੇ ਐਂਗਲਾਂ ਤੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ 21000 ਬੁਲਟ オリジナル ਚੱਲਿਆ ਹੋਇਆ ਜੀ ਓਨਲੀ 21000 ਰਨਿੰਗ ਰਨਿੰਗ ਦੇ ਵਿੱਚ ਹੈ ਅਲਾਇ ਵਿਲ ਲੱਗੇ ਹੋਏ ਨੇ ਨਾਲ ਦੇ ਟਾਇਰ ਨੇ ਸੈਕੰਡ ਓਨਰ ਦੇ ਨਾਮ ਹੈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਚ ਹੈ ਰੰਗ ਪੇਂਟ ਸਾਰਾ ਬੁਲਟ ਸੋਹਣੀ ਕੰਡੀਸ਼ਨ ਚ ਹੈ ਰਾਉਂਡ ਬੈਂਡ ਹੈ ਜੀ ਤੇ ਬਾਕੀ ਸਲੈਂਸਰ ਵਗੈਰਾ ਲੱਗਿਆ ਹੋਇਆ ਕੰਡੀਸ਼ਨ ਬਿਲਕੁਲ ਓਕੇ ਹੈ 2012 ਮਾਡਲ ਬੁਲਟ ਹੈ ਜੀ ਕੰਡੀਸ਼ਨ ਵਗੈਰਾ ਸਾਰੀ ਓਕੇ ਹੈ ਪੇਪਰ ਕੰਪਲੀਟ ਮਿਲ ਜਾਣਗੇ ਪੰਜਾਬ ਨੰਬਰ ਬੁਲਟ ਹੈ ਡਿਮਾਂਡ 133000 ਰੁਪਏ ਰੱਖੀ ਗਈ ਹੈ 133000 ਰੁਪਿਆ ਡਿਮਾਂਡ ਹੈ ਏਰੀਆ ਵੀਰਾਂ ਦਾ ਮਹਾਰਾਜ ਪਿੰਡ ਹੈ ਵੀਰਾਂ ਦਾ ਡਿਸਟ੍ਰਿਕਟ ਬਠਿੰਡਾ ਮਹਾਰਾਜ ਪਿੰਡ ਜ਼ਿਲ੍ਹਾ ਬਠਿੰਡਾ 133000 ਰੁਪਿਆ ਡਿਮਾਂਡ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ 75280 9834 ਅੱਗੇ ਵੀਰੋ ਗੱਲ ਕਰਦੇ ਆ 11 ਫੁੱਟ ਦੀ ਟਰਾਲੀ ਸੇਲ ਵਾਸਤੇ 11 ਫੁੱਟ ਟਰਾਲੀ ਲੰਬਾਈ ਦੇ ਵਿੱਚ ਹੈ 6 ਫੁੱਟ ਚੜਾਈ ਦੇ ਵਿੱਚ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਸਾਰੇ ਐਂਗਲਾਂ ਤੋਂ ਟਰਾਲੀ ਦੀਆਂ ਫੋਟੋਆਂ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਟਰਾਲੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 16 ਕੁਆਂਟਲ ਬਜਨੇ ਟਰਾਲੀ ਦੇ ਵਿੱਚ ਏਅਰ ਏਰੀਆ ਵੀਰਾਂ ਦਾ ਰਤੀਆ ਰਤੀਆ ਏਰੀ ਦੇ ਵਿੱਚ ਇਹ ਟਰਾਲੀ ਸੇਲ ਵਾਸਤੇ ਹੈ ਨੇੜੇ ਵੀਰਾਂ ਨੂੰ ਰਤੀਆ ਲੱਗਦਾ ਖੁੰਨਣ ਪਿੰਡ ਹੈ ਖੁੰਨਣ ਪਿੰਡ ਹੈ ਨੇੜੇ ਵੀਰਾਂ ਨੂੰ ਰਤੀਆ ਲੱਗਦਾ 95000 ਰੁਪਿਆ ਟਰਾਲੀ ਦੀ ਡਿਮਾਂਡ ਹੈ ਚਾਦਰ ਦੀਆਂ ਫੋਟੋਆਂ ਸਕਰੀਨ ਤੇ ਸ਼ੋਅ ਹੋ ਰਹੀਆਂ 16 ਕੁਆਂਟਲ ਬਜਨੇ ਟਰਾਲੀ ਦੇ ਵਿੱਚ 95000 ਰੁਪਇਆ ਡਿਮਾਂਡ ਹੈ 11 ਲੰਬਾਈ ਹੈ 6 ਜੜਾਈ ਹੈ ਖੁੰਨਣ ਏਰੀਆ ਵਿਰਾਂ ਦਾ ਬਾਕੀ ਟਾਇਰ ਵਗੈਰਾ ਸਿੰਗਲ ਟਾਇਰ ਹੀ ਹੈ ਸਾਫ ਵਧੀਆ ਕੰਡੀਸ਼ਨ ਚ ਨੇ ਜੈਕ ਵਾਲੀ ਟਰਾਲੀ ਹੈ ਵਧੀਆ ਕੁਆਲਟੀ ਜੈਕ ਹੈ 95000 ਰੁਪਇਆ ਡਿਮਾਂਡ ਹੈ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਰਿਹਾ 9729012264 9729012264 ਏਰੀਆ ਰਤਿਆ ਖੁੰਨਣ ਪਿੰਡ ਹੈ ਵਿਰਾਂ ਦਾ ਅਗੇ برو ਗੱਲ ਕਰਦੇ ਆ 16 ਫੁੱਟ ਦੀ ਟਰਾਲੀ ਹੈ ਜੀ ਸੇਲ ਵਾਸਤੇ ਟਰਾਲੀ 16 ਫੁੱਟ ਲੰਬਾਈ ਚ ਹੈ 7 ਫੁੱਟ ਚੜਾਈ ਚ ਹੈ ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ ਰੇਲ ਦਾ ਹਿੱਸਾ ਲੱਗਿਆ ਹੋਇਆ ਟਰਾਲੀ ਨੂੰ 10 ਨੱਟੀ ਹੱਬ ਲੱਗੀ ਹੈ 2.5 ਫੁੱਟ ਦਾ ਬੈੱਡ ਲੱਗਿਆ ਜੀ 10 ਇੰਚੀ ਚਾਸੀ ਹੈ ਬਾਹਰ ਦੇ ਚਾਰੋਂ ਤਰਫ ਤੇ ਗੋਲ ਪੈਪ ਹੈ ਮਜ਼ਬੂਤ ਹੈਵੀ ਵਿੱਡ ਲੱਗਿਆ ਹੋਇਆ ਟੂਲ ਬਾਕਸ ਵਗੈਰਾ ਦੀ ਸਹੂਲਤ ਹੈਗੀ ਹੈ ਬਿਲਕੁਲ ਨਵੀਂ ਟਰਾਲੀ ਤਿਆਰ ਹੋਈ ਹੈ ਅੱਗੇ ਚਾਦਰ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਜਾਣਗੀਆਂ ਬਿਲਕੁਲ ਨਵੀਂ ਟਰਾਲੀ ਤਿਆਰ ਹੋਈ ਹੈ ਸਾਫ਼ ਸੁਥਰੀ ਕੰਡੀਸ਼ਨਸ ਹੈ 10 ਜੀ ਚਾਸੀ ਹੈ ਜੀ 252000 ਰੁਪਏ ਟਰਾਲੀ ਦੀ ਡਿਮਾਂਡ ਕੀਤੀ ਗਈ ਹੈ 252000 ਰੁਪਏ ਡਿਮਾਂਡ ਕੀਤੀ ਗਈ ਹੈ ਫਿਕਸ ਰੇਟ ਨਹੀਂ ਹੈਗਾ ਰੇਟ ਮੌਕੇ ਤੇ ਘੱਟ ਕਰ ਲੈਣਗੇ 16 ਲੰਬਾਈ ਹੈ 7 ਜੜਾਈ ਹੈ ਰੇਲ ਦਾ ਹਿੱਸਾ 10 ਨੱਟੀ ਹੱਬ ਹੈ 2.5 ਫੁੱਟ ਦਾ ਬੈੱਡ ਲੱਗੇ ਹੋਇਆ ਹੈ 252000 ਰੁਪਇਆ ਡਿਮਾਂਡ ਹੈ ਬਿਆਸ ਏਰੀਆ ਵੀਰਾਂ ਦਾ ਡਿਸਟ੍ਰਿਕਟ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ 9878299783 9878299783 ਇਹ ਨੰਬਰ ਤੇ ਕੰਟੈਕਟ ਕਰਕੇ ਟਰਾਲੀ ਨੂੰ ਖਰੀਦ ਸਾਧ ਦਿਓ ਟਰਾਲੀ 16 ਲੰਬੀ ਹੈ 7 ਚੌੜੀ ਹੈ ਸਾਫ਼ ਕੰਡੀਸ਼ਨ ਚ ਹੈ ਡਬਲ ਡੈਰ ਹੈ ਅੱਗੇ ਮੇਰੇ ਗੱਲ ਕਰਦੇ ਆ ਵਿਸ਼ਾਲ 435 ਕੰਪਾਈਨ ਹੈ ਜੀ ਸੇਲ ਵਾਸਤੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ 2012 ਮਾਡਲ ਮਸ਼ੀਨ ਹੈ ਜੀ 02 ਇੰਜਨਰ ਮਸ਼ੀਨ ਦੇ ਵਿੱਚ 2012 ਮਾਡਲ ਹੈ 02 ਇੰਜਨ ਦੇ ਵਿੱਚ ਹੈ ਟਾਇਰ ਮਸ਼ੀਨ ਨੂੰ ਚਾਰੋਂ ਨਵੇਂ ਲੱਗੇ ਹੋਏ ਨੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪੇਂਟ ਪੈ ਮਸ਼ੀਨ ਦਾ ਰਿਪੇਅਰ ਵਗੈਰਾ ਦੀ ਗੱਲਬਾਤ ਮੇਰੇ ਨਾਲ ਫੋਨ ਤੇ ਕਰ ਸਕਦੇ ਹੋ ਅੱਗੇ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਜਾਏਗਾ ਬਿਰਾਂ ਦਾ ਏਰੀਆ ਪਿੰਡ ਸਰਦੂਲੇਵਾਲਾ ਹੈ ਜ਼ਿਲ੍ਹਾ ਮਾਨਸਾ ਲੱਗਦਾ ਜੀ ਸਰਦੂਲੇਵਾਲਾ ਪਿੰਡ ਹੈ ਜਿੱਥੋਂ ਦੇ ਪਨੀਰੀ ਮਸ਼ਹੂਰ ਹੈ ਜਿਸੋਂ ਦੀ ਫੱਕ ਮਸ਼ਹੂਰ ਹੈ ਗੰਡਿਆਂ ਦੀ ਹੋਗੀ ਝੋਨੇ ਦੀ ਹੋਗੀ ਫੱਕ ਮਸ਼ੂਰਾ ਉਹ ਸਰਦੂਲੇ ਵਾਲਾ ਏਰੀਆ ਵੀਰਾਂ ਦਾ ਵਿਸ਼ਾਲ 435 ਕੰਪਾਈਨ ਹੈ 10 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ 10 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ 94630 23499 94630 23499 ਇਹ ਨੰਬਰ ਤੇ ਕੰਟੈਕਟ ਕਰਕੇ ਮਸ਼ੀਨ ਨੂੰ ਖਰੀਦ ਸਕਦੇ ਹੋ ਸਾਫ਼ ਸੁਥਰੀ ਵਧੀਆ ਕੰਡੀਸ਼ਨ ਚ ਹੈ ਜੋ ਵੀ ਵੀਰ ਖਰੀਦਦੇ ਚਾਹਵਣਾ ਹੈ ਸੀਜ਼ਨ ਨੇੜੇ ਖਰੀਦ ਸਕਦਾ ਕੰਟੈਕਟ ਕਰਕੇ ਅੱਜ ਦੀ ਆਪਣੀ ਵੀਡੀਓ ਦਾ ਸਫਰ ਆਪਣਾ ਇੱਥੋਂ ਤੱਕ ਸੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਵੀਰਾਂ ਨੇ ਆਪਣੇ ਚੈਨਲ ਟ੍ਰੈਕਟਰ ਯਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜਰੂਰ ਦਬਾ ਲਿਓ ਤਾਂਕਿ ਰੋਜ਼ਾਨਾ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਤਵਾ ਚਾਹੇ ਤੁਹਾਡੇ ਲਈ ਐਡ ਲੈ ਕੇ ਆ ਸਕੀਏ ਇਨ੍ਹਾਂ ਸਾਧਨਾਂ ਦੇ ਵਿੱਚੋਂ ਕੋਈ ਵੀਰ ਕੋਈ ਸਾਧਨ ਖਰੀਦਣਾ ਚਾਹੁੰਦਾ ਐ ਐਡ ਦੇ ਜਰੀਏ ਸਾਰੀ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਚਾਹੁੰਦੇ ਨਾਲ ਜੁੜੇ ਨਵੇਂ ਪੁਰਾਣੇ ਸਾਰੀ ਵੀਰ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰੀ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ